बीती देर रात समराला नेड़ले पिंड बोंदल दी संगत नाल बेहद भयानक हादसा वापरिया जिस दे विच तीन जणियां दी मौत हो गई। दरअसल पिंड बोंदल दी संगत ट्रैक्टर ट्राली च सवार होके श्री खुरालगढ़ साहिब मत्था टेकण लई जा रही सी। जदों ट्रैक्टर ट्राली पिंड गड़ीमान सोवाल विखे पहुंची तां अचानक पलट गई जिस दे विच सवार पिंड बोंदल दे जसवीर सिंह, हैरी अते साधा सिंह दी मौत हो गई। हादसे की सूचना मिलने तो बाद प्रशासन वालों जख्मियों को सिविल हस्पताल भर्ती करवाया गया। मेरा नाम दर्शन सिंह है जी, बेटा नाम दविंदर सिंह है। कितनी उम्र से है? 14 साल दी जी। केड़ा पिंड है? बोंदला जी, सर जी संभाला जी। किथे गया सी बेटा, की करते सी? हुण इत्थे जिथे बाबे रविदास दे की नाम उहदा खुरालगढ़, खुरालगढ़ जी गए पिंडो गए सी सारे? हाँ जी पिंडो। कादे विच गए सी, किन्ने कम बंदे सी? 14 कम बंदे थी जी। ट्रैक्टर ट्राली पाया थी मगर पानी वाली टैंकी थी। की घटना हुई, किन्ने कु बजे की घटना? रात दी हुआ घटना जी, नेरे होए थी। की होया? पलटे गया। हाँ जी। तो मौके ते पिंड दे किन्ने कु बंदे दी डेथ? तीन बंदे ने जी, एक मेरा बेटा, एक मेरा गवांडी है मुंडा वो भी जवान से, एक होर। बाकी बंदे सट्टा बजिया ने, कई जन सट्टा बजिया। हाँ जी। तुसी आप भी अपाहज हो, बेटे देखण जाना किवें देखदे हो? किन्ना क दुख, किवें उहनूं गरीबी च पढ़ाया सी, किन्ना क गरीबी सी घर च? मैं भाई बहुत औखा पालिया सी। ਵਿਆਹ ਦੇ ਸੁਪਨੇ ਵੀ ਹੋਣੇ ਆ ਬੱਚੇ ਦੇ? ਹਾਂਜੀ, ਦਸਵੀਂ 'ਚ ਹੋਇਆ ਜੀ, ਅਜੇ ਇਸ ਸਾਲ ਦਸਵੀਂ 'ਚ ਹੋਇਆ। ਹੋਰ ਘਰ 'ਚ ਭੈਣ ਭਰਾ? ਇੱਕ ਛੋਟਾ ਜਿਹਾ ਬੱਚਾ, ਆਹ ਮੁੰਡਾ ਮੇਰਾ ਭਾਈ, ਉਹਦਾ ਭਾਈ ਹੈ। ਕਿੰਨੇ ਕੁ ਮੁਸ਼ਕਲਾਂ 'ਚ ਉਹਨੂੰ ਪੜ੍ਹਾ ਰਹੇ ਸੀ ਤੁਸੀਂ? ਅਤੇ ਲੋਨ ਵੀ ਲਿੱਤਾ ਹੋਣਾ, ਕੋਈ ਕੰਮ ਕੀਤਾ ਹੋਣਾ ਕਿਵੇਂ? ਬਸ ਜੀ, ਕੰਮ ਪਾਠ ਕਰਦੇ ਹਾਂ, ਪਾਠ ਕਰਕੇ ਹੀ ਗੁਜ਼ਾਰਾ ਕਰਦੇ ਹਾਂ। ਤੁਸੀਂ ਆਪ ਵੀ ਲੱਤ ਤੋਂ? ਹਾਂ ਜੀ। ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਬੱਚੇ ਨੂੰ ਪੜ੍ਹਾਉਣ? ਹਾਂ ਜੀ ਹਾਂ। ਸਰਕਾਰ ਤੋਂ ਕੀ ਅਪੀਲ ਕਰਦੇ? ਸਰਕਾਰ ਤਾਂ ਹੁਣ ਉਹਨਾਂ ਦੀ ਮਰਜ਼ੀ ਆ, ਬਾਕੀ ਕਰਨ। ਬੋਂਦਲ ਪਿੰਡ ਤੋਂ ਲੰਗਰ ਚਲੇ ਗਿਆ ਜੀ, ਖਰਾਲਗੜ੍ਹ ਨੂੰ ਲੰਗਰ ਲੈ ਕੇ ਆਏ ਸੀਗੇ ਇਹ। ਇੱਥੋਂ ਤੁਰੇ ਰਾਤ ਨੂੰ ਇਹ ਤੁਰੇ ਨੇ ਇਹ 8 ਵਜੇ, ਅਤੇ ਲੰਗਰ ਲੈ ਕੇ ਇੱਥੇ ਗਾਹਾਂ ਜਾ ਕੇ ਹੱਥ ਵਰਤੇ ਵਰਤਿਆ ਇਹਨਾਂ ਨਾਲ ਇਹ। ਉੱਥੋਂ ਹਾਦਸੇ ਵਿੱਚ ਇਹਨਾਂ ਦੀ ਡੈਥ ਹੋਈ ਆ। ਇਹ ਤਿੰਨ ਬੰਦੇ ਸੀਗੇ। ਕਿੰਨੇ ਕੁ ਬੰਦੇ ਗਏ ਸੀ? 14 ਬੰਦੇ ਗਏ ਸੀਗੇ। ਟਰਾਲੀ ਸੀਗੀ? ਟਰਾਲੀ ਸੀ, ਟਰੈ ਟਰਾਲੀ ਸੀਗੀ। 14 ਬੰਦੇ ਗਏ ਸੀਗੇ। ਅਤੇ ਪਿੰਡ ਦੇ ਤਿੰਨ ਬੰਦੇ ਦੀ? ਤਿੰਨ ਮੈਂਬਰ ਨੇ ਜੀ ਇਹ। ਤਿੰਨਾਂ ਦੀ ਮੌਕੇ 'ਤੇ ਡੈਥ ਹੋ ਗਈ? ਤਿੰਨ ਮੌਕੇ 'ਤੇ ਡੈਥ ਹੋ ਗਈ ਤਿੰਨਾਂ ਦੀ। ਉਹ ਇੱਕ ਮੁੰਡਾ 13 ਸਾਲ ਦਾ ਸੀਗਾ, ਇਹ 60 ਸਾਲ ਦਾ ਸੀਗਾ। ਦੂਆ ਜਿਹਾ ਮੁੰਡਾ, ਤੀਜਾ ਜਿਹੜਾ ਡਰਾਈਵਰ ਸੀਗਾ, ਉਹ 30 ਸਾਲ ਦਾ ਮੁੰਡਾ ਸੀਗਾ। ਮਾੜਾ ਮੋਟਾ ਜੋ ਤੁਸੀਂ ਕਰਦਾ ਦੇਖ ਲਓ ਗੁਜ਼ਾਰਾ ਇਹਨਾਂ ਦਾ, ਜੋ ਚਾਰ ਕਰ ਰਹੇ ਸੀਗਾ ਆਪਦਾ ਇਹ। ਅਤੇ ਬੱਚੇ ਇਹਨਾਂ ਦੇ 5 ਗੁੱਡੀਆਂ ਨੇ, ਵੱਡਾ ਪਰਿਵਾਰ ਆ। ਇਹ ਦੋਵੇਂ ਭਰਾ ਪਰਿਵਾਰ ਚਲਾ ਰਹੇ ਸੀ ਆਪਦੇ, ਇਹ ਦਿਹਾੜੀਦਾਰ ਬੰਦੇ ਸੀਗੇ ਇਹ। ਅਤੇ ਆਹ ਮਕਾਨ ਇਹਨਾਂ ਦਾ ਆਪਣੇ ਜੋ ਚੱਲਦਾ ਇਹਨਾਂ ਦਾ ਆਪਣੇ ਟਾਈਮ ਪੂਰਾ ਹੋ ਰਿਹਾ ਸੀਗਾ। ਘਰ 'ਚ ਕਮਾਊ ਦੋਵੇਂ ਸੀਗੇ ਇਹ, ਉਹ ਦੂਜਾ ਭਰਾ ਉਹਦਾ ਹੁਣ ਉੱਥੇ ਮਗਰ ਗਏ ਨੇ ਉਹਨਾਂ ਦੇ। ਆ ਬਾਕੀ ਤੁਸੀਂ ਆ ਮੌਕੇ 'ਤੇ ਹਾਜ਼ਰ ਹੋ, ਮੌਕੇ ਦੇਖ ਲਓ ਵੀ ਘਰ ਦੀ ਹਾਲਤ ਕੀ ਇਹਨਾਂ ਦੀ। ਮਾਂ ਬੈਠੀ ਆ, 90 ਸਾਲ ਦੀ ਮਾਂ ਬੈਠੀ ਇਹਨਾਂ ਦੀ।